ਮਾਹਲਪੁਰ 'ਚ ਓਵਰਲੋਡ ਟਰਾਲੇ ਨੇ ਤੋੜਿਆ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਪੁਲ। 100 ਸਾਲ ਤੋਂ ਵੱਧ ਪੁਰਾਣਾ ਸੀ ਪੁਲ। ਡੇਰਾ ਸਤਸੰਗ ਬਿਆਸ ਅਤੇ ਟਰੱਕ ਯੂਨੀਅਨ ਨੂੰ ਆਪਸ 'ਚ ਜੋੜਨ ਦਾ ਕਰਦਾ ਸੀ ਕੰਮ। ਤਸਵੀਰਾਂ ਕਸਬਾ ਮਾਹਲਪੁਰ ਦੀਆਂ ਨੇ ਜਿੱਥੇ ਕਿ ਬੀਤੇ ਕੱਲ੍ਹ ਇੱਕ ਓਵਰਲੋਡ ਟਰਾਲੇ ਨੇ ਮਾਹਲਪੁਰ 'ਚ ਸਥਿਤ ਬ੍ਰਿਟਿਸ਼ ਵਕਤ ਦਾ ਬਣਿਆ ਪੁਲ ਤੋੜ ਦਿੱਤਾ, ਜਿਸ ਤੋਂ ਬਾਅਦ ਟਰੱਕ ਯੂਨੀਅਨ ਅਤੇ ਡੇਰਾ ਸਤਸੰਗ ਬਿਆਸ ਨੂੰ ਜਾਂਦਾ ਰਸਤਾ ਬੰਦ ਹੋ ਗਿਆ। ਜਾਣਕਾਰੀ ਮੁਤਾਬਕ ਇੱਕ ਬਜਰੇ ਨਾਲ ਭਰਿਆ ਓਵਰਲੋਡ ਟਰਾਲਾ ਗੜਸ਼ੰਕਰ ਤੋਂ ਮਾਹਲਪੁਰ ਵੱਲ ਨੂੰ ਆ ਰਿਹਾ ਸੀ ਅਤੇ ਜਦੋਂ ਉਹ ਮਾਹਲਪੁਰ ਦੇ ਮੁੱਖ ਚੌਂਕ 'ਚ ਪਹੁੰਚਿਆ ਤਾਂ ਟਰੱਕ ਦੀ ਲੰਬਾਈ ਜ਼ਿਆਦਾ ਹੋਣ ਕਰਕੇ ਉਸਨੂੰ ਮੁੜਨ 'ਚ ਤੰਗੀ ਆ ਰਹੀ ਸੀ ਅਤੇ ਉਸਨੂੰ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਬਾਹਰ ਮੋੜ ਕੱਟਣ ਲਈ ਭੇਜ ਦਿੱਤਾ ਗਿਆ। ਇਸ ਦੌਰਾਨ ਜਦੋਂ ਟਰਾਲਾ ਚਾਲਕ ਟਰੱਕ ਯੂਨੀਅਨ ਅਤੇ ਡੇਰਾ ਸਤਸੰਗ ਬਿਆਸ ਵੱਲ ਜਾਣ ਵਾਲੇ ਪੁਲ ਤੋਂ ਕੱਟ ਮਾਰਨ ਲੱਗਿਆ ਤਾਂ ਇਸ ਦੌਰਾਨ ਵਿਰਾਸਤੀ ਪੁਲ ਜੋ ਕਿ 100 ਸਾਲ ਤੋਂ ਵੱਧ ਪੁਰਾਣਾ ਸੀ, ਓਵਰਲੋਡ ਟਰਾਲੇ ਦਾ ਭਾਰ ਨਹੀਂ ਝੱਲ ਸਕਿਆ ਅਤੇ ਪੁਲ ਟੁੱਟ ਗਿਆ ਅਤੇ ਇਸ ਦੌਰਾਨ ਟਰਾਲਾ ਵੀ ਹਵਾ 'ਚ ਲਟਕ ਗਿਆ, ਜਿਸ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ 'ਚ ਟਰੱਕ ਯੂਨੀਅਨ ਦੇ ਆਗੂ ਅਤੇ ਮੈਂਬਰਾਂ ਤੋਂ ਇਲਾਵਾ ਡੇਰੇ ਦੇ ਪ੍ਰਬੰਧਕ ਵੀ ਪਹੁੰਚ ਗਏ ਅਤੇ ਇਸ ਗੱਲ ਤੋਂ ਖਫਾ ਸਨ ਕਿ ਆਖਿਰਕਾਰ ਇੰਨਾ ਜ਼ਿਆਦਾ ਓਵਰਲੋਡ ਟਰਾਲਾ ਜੇਕਰ ਪੁਲ ਤੋੜ ਸਕਦਾ ਤਾਂ ਕਿਸੇ ਵੀ ਹਾਦਸੇ ਨੂੰ ਸੱਦਾ ਦੇ ਸਕਦਾ। ਇਸ ਮੌਕੇ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਵਿਰਾਸਤੀ ਪੁਲ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਇੱਥੋਂ ਗੁਜ਼ਰਨ ਵਾਲੇ ਲੋਕਾਂ ਨੂੰ ਕੋਈ ਦਿੱਕਤ ਨਾ ਆਏ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਥਾਣਾ ਮਾਹਲਪੁਰ ਦੇ SHO ਬਲਜਿੰਦਰ ਸਿੰਘ ਮੱਲੀ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਮੋਹਿਤ ਕੁਮਾਰ ਦੀ ਰਿਪੋਰਟ। ਕੀ ਮਾਮਲਾ, ਤੁਸੀਂ ਇੱਥੇ ਇਕੱਠੇ ਹੋਏ ਹੋ? ਅਸੀਂ ਇੱਥੇ ਮੌਕੇ 'ਤੇ ਖੜ੍ਹੇ ਹਾਂ ਜੀ। ਇੱਕ ਟਰਾਲਾ 24 ਟਰਾਲਾ ਟਰਾਲਾ ਆਇਆ ਜਿਹਨੇ 150 ਟਨ ਲਗਭਗ ਮਾਲ ਲੱਦਿਆ ਆ ਮਾਈਨਿੰਗ ਵਾਲਾ, ਅਤੇ ਉਹਨੇ ਇਹਨੂੰ ਕ੍ਰੋਸ ਕੀਤਾ ਪੁਲ ਨੂੰ ਜਿਹੜਾ ਕਿ ਸਾਡੇ ਸਤਸੰਗ ਘਰ ਨੂੰ ਅਤੇ ਟਰੱਕ ਯੂਨੀਅਨ ਨੂੰ ਰਸਤਾ ਜਾਂਦਾ, ਉਹ ਬਿਲਕੁਲ ਪੁਲ ਤੋੜ ਦਿੱਤਾ। ਸਾਡਾ ਬਾਰੇ ਬਹੁਤ ਵੱਡਾ ਨੁਕਸਾਨ ਹੋਇਆ, ਆਵਾਜਾਈ ਬਿਲਕੁਲ ਬੰਦ ਹੋ ਗਈ। ਕੀ ਮੰਗ ਕਰਦੇ ਹੋ? ਭਰਪਾਈ ਚਾਹੁੰਦੇ ਹਾਂ ਜੀ ਕਿ ਸਾਡਾ ਰਸਤਾ ਬਣਾਇਆ ਜਾਵੇ, ਪੁਲ ਦੀ ਸਾਰੀ ਕਰਾਈ ਜਾਵੇ। ਪੁਲਿਸ ਪ੍ਰਸ਼ਾਸਨ ਆਈ ਸੀ, ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ? ਉਹਨਾਂ ਵੱਲੋਂ ਫਿਲਹਾਲ ਕੋਈ ਕਾਰਵਾਈ ਨਹੀਂ। ਹਾਂਜੀ ਭਾਜੀ, ਅਸੀਂ ਅੱਜ ਆਪਣੇ ਇਲਾਕੇ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਸਭ ਤੋਂ ਪੁਰਾਣੇ ਪੁਲ 'ਤੇ ਖੜ੍ਹੇ ਹਾਂ, ਜਿਹੜਾ ਰਾਤ ਇੱਕ ਓਵਰਲੋਡਡ ਟਰਾਲੇ ਨੇ ਆਪਣੀ ਗਲਤੀ ਨਾਲ ਜਿਹੜਾ ਸਾਡੇ ਇੱਕ ਬਹੁਤ ਮਹਾਨ ਧਾਰਮਿਕ ਸਥਾਨ ਨੂੰ ਜੋੜਦਾ ਅਤੇ ਸਾਡੇ ਟਰੱਕ ਯੂਨੀਅਨ ਨੂੰ ਜੋੜਦਾ ਪੁਲ, ਉਹਨੂੰ ਤੋੜ ਦਿੱਤਾ। ਆ ਕੇ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ ਵੀ ਇਸ ਟਰਾਲੇ ਵਾਲੇ ਨੂੰ, ਇਹਦੇ ਮਾਲਕਾਂ ਨੂੰ, ਜਿਹੜੀ ਇਹਦੀ ਕੰਪਨੀ ਆ, ਉਹਨੂੰ ਕਹਿ ਕੇ ਸਾਡੇ ਇਸ ਪੁਲ ਦੀ ਰਿਪੇਅਰ ਕਰਾਈ ਜਾਵੇ ਔਰ ਇੱਦਾਂ ਦੇ ਜਿਹੜੇ ਉਹ ਜ਼ਿਆਦਾ ਓਵਰਲੋਡਡ ਹੋਆ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਐਡੇ ਐਡੇ ਪੁਲ ਢਾਹ ਸਕਦੇ ਆ ਇਹ ਰਾਜ ਜਾਨੀ ਮਾਲੀ ਹੋਰ ਨੁਕਸਾਨ ਕਰ ਸਕਦੇ ਆ। ਇਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ। ਟਰੱਕ ਯੂਨੀਅਨ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਵਾ, ਹੋਰ ਰਾਧਾ ਸਵਾਮੀ ਡੇਰੇ ਦੇ ਬਹੁਤ ਸਾਰੇ ਸ਼ਰਧਾਲੂ ਅਤੇ ਅਹੁਦੇਦਾਰ ਸਾਡੇ ਨਾਲ ਵਾ। ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ, ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਵੀ ਸਾਡੇ ਮਾਲਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਇੱਕੋ ਇੱਕ ਵਿਰਾਸਤੀ ਪੁਲ ਸੀਗਾ, ਇਹਦੀ ਦੁਬਾਰਾ ਜਿਸ ਹਾਲਤ 'ਚ ਪਹਿਲਾਂ ਸੀਗਾ ਇਹਨੂੰ ਬਿਲਕੁਲ ਉਸੇ ਹਾਲਤ 'ਚ ਚਾਲੂ ਕੀਤਾ ਜਾਵੇ, ਨਾ ਕਿ ਉੱਪਰਲਿਆਂ ਤੋਂ ਫੋਨ ਕਰਾ ਕੇ ਪੈਸੇ ਲੈ ਕੇ ਰਫਾ ਦਫੀ ਕੀਤਾ ਜਾਵੇ। ਸਾਡੇ ਭਾਈਚਾਰੇ ਟਰੱਕ ਯੂਨੀਅਨ ਦਾ, ਉਹਨਾਂ ਦਾ ਵੀ ਕੰਮ ਚੱਲਦਾ ਰਹਿ ਜਾਏ, ਸਤਸੰਗ ਨੂੰ ਘਰ ਨੂੰ ਆਉਣ ਜਾਣ ਵਾਲੀਆਂ ਸੰਗਤਾਂ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਨਾ ਬਣੇ। ਧੰਨਵਾਦ ਜੀ। ਕੀ ਮਾਮਲਾ ਸਰ, ਤੁਸੀਂ ਇੱਥੇ ਆਏ ਹੋ ਮੌਕੇ 'ਤੇ? ਯਾਰ ਨਾ ਇੱਕ ਟਰਾਲਾ ਸੀਗਾ, ਇਹ ਜੇਜੋ ਸਾਈਡ ਤੋਂ ਆਇਆ ਸੀ ਗੜਸ਼ੰਕਰ ਸਾਈਡ ਦੇ ਉੱਤੋਂ, ਇਹਦੇ ਵਿੱਚ ਬੱਜਰਾ ਲੋਡ ਸੀਗਾ। ਇਹ ਜਦੋਂ ਨਾ ਇਹਨਾਂ ਦੇ ਉੱਥੇ ਰਸ਼ ਬਹੁਤ ਚੱਲਣ ਡੇ ਨਾ ਗੜਸ਼ੰਕਰ ਦੇ ਵਿੱਚ ਜਿਹੜਾ ਰੇਲਵੇ ਫਾਟਕ ਆ,
ਉਹਦੀ ਰਿਪੇਅਰ ਚੱਲ ਰਹੀ ਆ 28 ਤਰੀਕ ਤੱਕ, ਤਿੰਨ ਦਿਨ ਦਾ ਸੀਗਾ, ਕੱਲ੍ਹ ਖਤਮ ਹੋ ਜਾਣਾ ਲਾਸਟ 28 ਦਿਨ। ਜਿਹੜੇ ਟਰੱਕ ਸੀ ਜਿਹੜੇ ਹੈਵੀ ਵਹੀਕਲ ਹੈ ਉਹ ਅਸੀਂ ਕਨਵਰਟ ਕਰਾਉਂਦੇ ਹਾਂ ਇੱਧਰ ਨੂੰ ਫਗਵਾੜਾ, ਆਪਣੇ ਫਗਵਾੜਾ ਸਾਈਡ ਨੂੰ। ਇਹ ਟਰਾਲਾ ਕਾਫੀ ਵੱਡਾ ਸੀਗਾ ਜਿਹੜਾ ਗੜ੍ਹ ਸ਼ੰਕਰ ਸਾਈਡ ਤੋਂ ਆਇਆ ਸੀਗਾ, ਇਹਨੇ ਕਿਤੇ ਵਾਪਸ ਜਾਣਾ ਸੀ ਮੁੜਨਾ ਸੀ ਆਪਣੇ ਫਗਵਾੜਾ ਸਾਈਡ ਨੂੰ, ਕਿਉਂਕਿ ਇਹਨਾਂ ਨੇ ਮੁੜ ਕੇ ਜਿਹੜਾ ਟਰੱਕ ਸੀਗਾ ਸਿੱਧਾ ਗਾਂਹ ਲੈ ਜਾਂਦਾ। ਜਿਹੜਾ ਇੱਕ ਛੋਟਾ ਰੋਡ ਹੈ ਉਹ ਜਾਂਦਾ ਰਾਧਾ ਸਵਾਮੀ ਸਤਸੰਗ ਘਰ ਨੂੰ, ਅਤੇ ਇਹਨੇ ਉਸ ਰੋਡ 'ਤੇ ਟਰੱਕ ਪਾ ਦਿੱਤਾ, ਟਰੱਕ ਕਾਫੀ ਲੋਡ ਸੀਗਾ ਉਹ, ਜਦੋਂ ਜਿਹੜਾ ਪੋਲਿਓ ਦਾ ਭਾਰ ਨਹੀਂ ਚੱਲਿਆ ਜਿਹੜਾ ਪੋਲੋ ਬਹਿ ਗਿਆ ਅਤੇ ਟਰੱਕ ਜਿਹੜਾ ਉੱਥੇ ਫਸ ਗਿਆ। ਇਹਦੇ ਸੰਬੰਧ ਵਿੱਚ ਜਿਹੜਾ ਅਸੀਂ ਇੱਥੇ ਮੌਕੇ ਦੇ ਉੱਤੇ ਆਏ ਸੀਗੇ ਅਤੇ ਜੋ ਬਣਦੀ ਜਿਹੜੀ ਕਾਰਵਾਈ ਅਸੀਂ ਕਰ ਰਹੇ ਹਾਂ ਇਹਦੇ ਵਿੱਚ। ਉਹ ਕਹਿੰਦੇ ਜੀ ਨਾ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਨਾ ਸਤਸੰਗ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਬਗੈਰ ਪੁੱਛੇ ਹੀ ਟਰੱਕ ਖਾਲੀ ਕਰਾ ਲਿਆ, ਉਹਨਾਂ 'ਚ ਰੋਸ ਪਾਇਆ ਜਾ ਰਿਹਾ, ਉਹਦਾ ਕੀ ਕਹਿਣਾ ਸਰ? ਦੇਖੋ ਜੀ ਰੋਸ ਵਾਲੀ ਕਿਹੜੀ ਇਹਦੇ 'ਚ ਗੱਲ ਹੋਊਗੀ, ਹੁਣ ਜਿਹੜਾ ਟਰੱਕ ਆ ਆਫਟਰ ਵਾਲੇ ਨੂੰ ਕਿਸੇ ਦੀ ਆਪਾਂ ਸਾਡੀ ਦੇ ਵਿੱਚ ਲਵਾਵਾਂਗੇ, ਰੱਬ ਨਾ ਕਰੇ ਕਿ ਟਰੱਕ ਅਨਲੋਡ ਕਰਕੇ ਇੱਥੋਂ ਟਰੱਕ ਭਜਾ ਕੇ ਲੈ ਜਾਣ, ਫਿਰ ਕੌਣ ਜ਼ਿੰਮੇਵਾਰ ਇਹਦੇ ਵਿੱਚ? ਠੀਕ ਹੈ ਜੀ, ਇਸੇ ਕਰਕੇ ਇਹਨਾਂ ਨੂੰ ਇਹ ਕਹਿੰਦੇ ਸੀ, ਮੈਂ ਕਿਹਾ ਟਰੱਕ ਲੋ ਇਹਨੂੰ ਖਾਲੀ ਕਰਾ ਕੇ ਜਾਂ ਤਾਂ ਇਹਨੂੰ ਟਰੱਕ ਯੂਨੀਅਨ 'ਚ ਲਵਾ ਦਈਏ ਜਿੱਥੇ ਲਾਗੇ ਯੂਨੀਅਨ, ਅਤੇ ਜਾਂ ਇਹਨੂੰ ਅਸੀਂ ਇੱਥੇ ਥਾਣੇ ਆਪਣੇ ਥਾਣੇ ਦੇ ਵਿੱਚ ਲਵਾ ਦਈਏ ਜਿੱਥੇ ਸਾਡੇ ਕੋਲ ਸੇਫ ਰਹੇ, ਅਤੇ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਦੇਣੀ।